बीती रात लहरा गागा दे नेड़े खंडेवाद दे नौजवान दा तेज धार हथियारां नाल कतल कर दिता गया है। प्राप्त जानकारी अनुसार 24 साला लवप्रीत सिंह पुत्र सुखपाल सिंह दा कुछ अणपछाते व्यक्तियों वालों काल वंजारा दे खरीद केंद्र विच कतल किया गया है। SHO सुरिंदर कुमार भल्ला ने दस्सिया कि मृतक दे मूँह ते तेज धार हथियारां दे निशान हन ते बाकी स्थिति पोस्टमार्टम दी रिपोर्ट आउण तों बाद ही स्पष्ट होवेगी। उन्हें दावा किया कि पुलिस जल्द ही दोषियों नूं काबू कर लवेगी। जिक्र हो गया कि मृतक दो भैणों का इकला भरा सी ते उसका विआह हजे 2 महीने पहला ही होया सी। की नाम है मृतक? बिंदर सिंह जी। बिंदर सिंह की लगता सी लड़का कि मैं थोड़ा पता लगे? साला ती मेरा सी पहाड़ दे फिरते सी। रात नूं बस 3 बंदे आए जी सानू दस के गए ने भी ऐ करके उत्थे उहदे सट्टां फिट्टां बहुत लगियां पईआं ने। किहड़े पिंड? ਵੀ ਕਾਲ ਮੰਜਾਰੇ ਜੀ ਮੰਡੀ 'ਚ ਅਤੇ ਅਸੀਂ ਉਰੇ ਆਏ ਅਤੇ ਦੇਖਿਆ ਤਾਂ ਜਮੀ ਡੈੱਡ ਪਿਆ ਸੀ। ਕਿੰਨੇ ਕੁ ਵਜੇ ਘਰੋਂ ਆਇਆ ਸੀ? ਕਿੰਨੇ ਕੁ ਵਜੇ ਤੁਹਾਨੂੰ ਸੁਨੇਹਾ ਲੱਗਿਆ? ਇਹ ਘਰੋਂ ਆਇਆ ਸੀ 9:30 ਵਜੇ ਘਰੋਂ ਆਇਆ ਸੀ ਅਤੇ ਸੁਨੇਹਾ ਸਾਨੂੰ 1:30 ਵਜੇ ਲੱਗੇ। ਅੱਜ ਸੁਬਹਾ ਤਲਾਹ ਮਿਲੀ ਸੀ ਅਤੇ ਵੀ ਕਿਸੇ ਨਾਮ ਨੂੰ ਵਿਅਕਤੀ ਦਾ ਜਿਹੜਾ ਇੱਥੇ ਕਤਲ ਹੋਇਆ ਹੋਇਆ ਕਾਲ ਮੰਜਾਰੇ ਮੰਡੀ ਦੇ ਵਿੱਚ, ਇਹ ਤੁਸੀਂ ਮੌਕੇ 'ਤੇ ਪੁੱਜੋ ਅਤੇ ਮੈਂ ਜਿਹੜਾ ਸਮੇਤ ਚਾਰ ਚੌਂਕੀ ਪਰਸ਼ੋਤਮ ਰਾਮ ਅਤੇ ਹੋਰ ਬਾਕੀ ਪੁਲਿਸ ਪਾਰਟੀ ਇੱਥੇ ਪਹੁੰਚਿਆ। ਇੱਥੇ ਦੇਖਿਆ ਕਿ ਲਵਪ੍ਰੀਤ ਉਰਫ ਕਾਲੂ ਨਾਂ ਦਾ ਜਿਹੜਾ ਲੜਕਾ ਹੈ ਉਹਦਾ ਕਤਲ ਹੋਇਆ ਹੋਇਆ ਅਤੇ ਕਿਸੇ ਨਾਮ ਨੂੰ ਵਿਅਕਤੀਆਂ ਨੇ ਜਿਹੜਾ ਉਹਦਾ ਕਤਲ ਕਰਕੇ ਡੈੱਡ ਬੋਡੀ ਉਹਦੀ ਇੱਥੇ ਪਈ ਆ ਅਤੇ ਸਕੂਟਰੀ ਦਾ ਵੀ ਕਾਫੀ ਨੁਕਸਾਨ ਹੋਇਆ ਹੋਇਆ। ਅਸੀਂ ਜਿਹੜੀ ਇਹਦੀ ਤਫਤੀਸ਼ ਕਰ ਰਹੇ ਹਾਂ, ਤਫਤੀਸ਼ ਕਰਨ ਤੋਂ ਬਾਅਦ ਹੀ ਜੇ ਸਹੀ ਤੱਥ ਜਿਹੜੇ ਸਾਹਮਣੇ ਆਉਣਗੇ ਫਿਰ ਤੁਹਾਨੂੰ ਉਹ ਤੋਂ ਬਾਅਦ ਦੱਸਿਆ ਜਾਊਗਾ। ਸਰ ਉਮਰ ਕਿੰਨੀ ਕੁ ਹੈ ਅਤੇ ਕਿਹੜੇ ਪਿੰਡ ਦਾ ਮੁੰਡਾ ਸੀ? ਇਹ ਲਵਪ੍ਰੀਤ ਉਰਫ ਕਾਲੂ ਜਿਹੜਾ ਖੰਡੇਵਾ ਦਾ ਰਹਿਣ ਵਾਲਾ, ਉਮਰ ਕੋਈ 24-25 ਸਾਲ ਦਾ ਹੈਗਾ, ਨੌਜਵਾਨ ਹੈ, ਹਾਲੇ ਨਿਊਲੀ ਮੈਰਿਜ ਹੋਈ ਸੀ, 3 ਮਹੀਨੇ ਮੈਰਿਜ ਹੋਏ ਨੇ ਹੋਏ ਸੀ ਇਹਦੇ। ਕਾਰਨਾਂ ਦਾ ਪਤਾ ਲੱਗੇ ਥੋੜ੍ਹਾ? ਕਾਰਨਾਂ ਨਾਲ ਡਿਊਰਿੰਗ ਇਨਵੈਸਟੀਗੇਸ਼ਨ ਪਤਾ ਲੱਗੂ। ਸਰ ਕਿਵੇਂ ਹੋਇਆ ਸੀ ਜੇ ਇਹ ਜਿਹੜਾ ਕਤਲ ਹੈ ਤੇਜ਼ ਹਥਿਆਰਾਂ ਨਾਲ ਜਿਹੜਾ ਕੀਤਾ ਜਾਪਦਾ? ਕਿਉਂਕਿ ਇਹਦੀ ਗਰਦਨ ਦੇ ਉੱਤੇ ਅਤੇ ਜਿਹੜਾ ਮੂੰਹ ਦੇ ਉੱਤੇ ਵੀ ਜਿਹੜੇ ਤੇਜ਼ ਧਾਰ ਹਥਿਆਰਾਂ ਦੇ ਜਿਹੜੇ ਹੈ ਨਿਸ਼ਾਨ ਦਿਖਾਈ ਦੇ ਰਹੇ ਆ। ਬਾਕੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਹੀ ਤੱਥ ਜਿਹੜੇ ਸਾਹਮਣੇ ਹੋਣਗੇ। ਸਰ ਇਹ ਵਹੀਕਲ ਵੀ ਕੋਈ ਸੀਗਾ? ਇਹਦਾ ਵਹੀਕਲ ਸਕੂਟਰੀ ਸੀ। ਸਕੂਟਰੀ ਤਾਂ ਮਤਲਬ ਕਾਲ ਵੰਜਰ? ਹਾਂਜੀ। ਸੰਗਰੂਰ ਤੋਂ ਕੁਲਬੀਰ ਨਾਮੋਲ ਦੀ ਰਿਪੋਰਟ, ਪੰਜਾਬ ਟੁਡੇ।